ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਬਰਨਾਲਾ ਦੇ ਪਿੰਡ ਚੰਨਣਵਾਲ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ 40 ਸਾਲਾ ਮੱਖਣ ਸਿੰਘ ਦੇ ਰਾੜ ਨਾਲ ਆਪਣੀ ਪਤਨੀ ਦੇ ਸਿਰ ਤੇ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਮਗਰੋਂ ਖੁਦ ਵੀ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ। ਮੱਖਣ ਸਿੰਘ ਦੀ ਕੁੜੀ ਵੱਲੋਂ ਆਲੇ ਦੁਆਲੇ ਦੇ ਲੋਕਾਂ ਵੱਲੋਂ ਦੋਵਾਂ ਨੂੰ ਚੁੱਕ ਕੇ ਬਰਨਾਲੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਮੱਖਣ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪਟਿਆਲੇ ਰੈਫਰ ਕਰ ਦਿੱਤਾ, ਪਰ ਰਾਸਤੇ 'ਚ ਹੀ ਉਸਨੇ ਦਮ ਤੋੜ ਦਿੱਤਾ। ਇਹ ਮੇਰੇ ਪਿੰਡ ਦੀ ਕੁੜੀ ਸੀ ਕਰਮਜੀਤ ਕੌਰ ਹਾਕਮ ਸਿੰਘ ਦੀ, ਆਹ ਮੇਰੇ ਨਾਲ ਖੜਾ ਹਾਕਮ ਸਿੰਘ। ਇਹ ਮਹੀਨਾ ਕੁ ਪਹਿਲਾਂ ਵੀ ਇਹਨਾਂ ਦਾ ਰੌਲਾ ਪਿਆ ਸੀਗਾ, ਕੁੜੀ ਰੁੱਸ ਕੇ ਆ ਗਈ, ਕੁੜੀ 5-7 ਦਿਨ ਰਹੀ, ਮੱਖਣ ਸਿੰਘ ਸਾਡੇ ਕੋਲ ਆਇਆ, ਅਸੀਂ ਚੱਲ ਬਹਿ ਕੇ ਸਮਝਾਤਾ ਵੀ ਘਰੇਲੂ ਸਾਡਾ ਰੌਲਾ ਗਾ ਵੀ ਇਹਨੂੰ ਬੜਾ ਵਧਾਓ ਨਾ, ਅਤੇ ਇਹਨਾਂ ਦਾ ਕਲੇਸ਼ ਚੱਲਦਾ ਸੀ, ਮਹੀਨੇ 2 ਮਹੀਨੇ ਦਾ ਚੱਲਦਾ ਸੀ। ਅਸੀਂ ਮੱਖਣ ਨੂੰ ਸਮਝਾਇਆ ਵੀ ਚਲੋ ਘਰੇਲੂ ਗੱਲਾਂ ਨੇ ਤੁਹਾਡੀਆਂ, ਪਿੰਡ ਦੀਆਂ ਗੱਲਾਂ, ਤੁਸੀਂ ਜਾ ਕੇ ਪੰਚਾਇਤ 'ਚ ਮਿਲੋ। ਅਸੀਂ ਕੁੜੀ ਤੋਰਤੀ ਉੱਥੋਂ, ਕੁੜੀ ਤੋਰੀ ਹੋਈ, ਅੱਜ ਜਦੋਂ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਵੀ ਉੱਥੇ ਉਹਨੇ ਆਪ ਜ਼ਹਿਰ ਖਾ ਲਈ ਅਤੇ ਕੁੜੀ ਦੇ ਸੱਟਾਂ ਮਾਰੀਆਂ। ਜਦੋਂ ਅਸੀਂ ਇਹਦੀ ਕੁੜੀ ਨੂੰ ਪੁੱਛਿਆ, ਰਮਨ ਨੂੰ ਪੁੱਛਿਆ, ਉਹਨੇ ਰਮਨ ਨੇ ਆ ਕੇ ਦੱਸਿਆ ਵੀ ਮੇਰਾ ਡੈਡੀ ਕਹਿੰਦਾ ਵੀ ਬਿੰਦੇ ਬਿੰਦੇ ਆ ਕੇ ਦਾਰੂ ਪੀ ਕੇ ਘਰ ਆ ਕੇ ਕਹਿੰਦਾ ਵੀ ਉਹਨੂੰ ਫਲਾਨੇ ਫਲਾਨੇ ਬੰਦੇ, 2-3 ਬੰਦਿਆਂ ਨਾਂ ਲਿਆ, ਨਾਂ ਮੈਂ ਜਾਣਦਾ ਨਹੀਂ, ਵੀ ਉਹ ਮੈਨੂੰ ਕਹਿੰਦਾ ਵੀ ਤੇਰੇ ਘਰ ਵਾਲੀ ਗਲਤ ਆ, ਮੈਨੂੰ ਥਰੈਟ ਕਰਦਾ। ਫਿਰ ਕਹਿੰਦੀ ਮੁੜ ਗਿਆ, ਫਿਰ ਆ ਗਿਆ, ਫਿਰ ਆ ਕੇ ਇਹਨੇ ਮੇਰੇ ਰਾੜ ਆਪ ਅੰਦਰ ਖਾ ਲਿਆ, ਮੇਰੀ ਮਾਂ ਦੇ ਰਾੜ ਮਾਰੀ ਵੀ ਮੇਰੀ ਮਾਂ ਨੂੰ ਇਹ ਕਹਿੰਦਾ ਮੈਨੂੰ ਫਲਾਨੇ ਬੰਦੇ ਥਰੈਟ ਕਰਦੇ ਵੀ ਤੇਰੀ ਘਰ ਵਾਲੀ ਗਲਤ ਆ, ਤੂੰ ਉਹਨੂੰ ਘਰ ਵਾਲੀ ਨੂੰ ਸਾਂਭਦਾ ਨਹੀਂ, ਆਹ ਗੱਲ ਹੋਈ ਆ। ਕਰਮਜੀਤ ਕੌਰ ਵਾਈਫ ਆਫ ਮੱਖਣ ਸਿੰਘ, ਇਹਨਾਂ ਦੋਨਾਂ ਦਾ ਆਪਸ ਕੋਈ ਘਰੇਲੂ ਝਗੜਾ ਚੱਲਦਾ ਸੀ, ਉਹਦੇ ਸੰਬੰਧ ਵਿੱਚ ਝਗੜਾ ਹੋਣ ਕਰਕੇ ਉਹਦੇ ਸੱਟਾਂ ਲੱਗੀਆਂ ਕਰਮਜੀਤ ਕੌਰ ਦੇ, ਜਿਹਦੀ ਹੌਸਪੀਟਲ ਆ ਕੇ ਲੱਤ ਹੋ ਗਈ, ਅਤੇ ਜਿਹੜੇ ਉਹਦਾ ਘਰ ਵਾਲਾ ਸੀ ਉਹਨੇ ਵੀ ਆਪਦੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਆ ਖਾ ਲਈ ਹੈ, ਜਿਹਨੂੰ ਉਹਦੇ ਪਿੰਡ ਦੇ ਬੰਦੇ ਸਿਵਲ ਹਸਪਤਾਲ ਬਰਨਾਲੇ ਵਾਸਤੇ ਇਲਾਜ ਲੱਗੇ, ਪਰ ਇੱਥੋਂ ਰੈਫਰ ਕਰਤਾ ਪਟਿਆਲੇ ਰਸਤੇ, ਜਦ ਉਹਦੀ ਵੀ ਡੈਥ ਹੋ ਗਈ। ਅਗਲੀ ਉਹਨਾਂ ਦੇ ਬਿਆਨ ਤਹਿਰੀਰ ਕਰਕੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬੰਦ ਹੋਵੇਗੀ, ਅਮਲ 'ਚ ਲੱਗਦੀ ਜਾਵੇਗੀ, ਪੜਤਾਲ ਜਾਰੀ ਹੈ। ਹਾਂ, ਪਹਿਲਾਂ ਉਹਨੇ ਉਹਦੇ ਘਰ ਵਾਲੇ ਸੱਟਾਂ ਮਾਰੀਆਂ, ਉਸ ਤੋਂ ਬਾਅਦ ਉਹਨੇ ਉਹਦੇ ਆਪਦੇ ਘਰ ਦਵਾਈ ਪੀ ਲਈ, ਚੱਲ ਰਹੀ ਹੈ ਜਾਂਚ, ਚੱਲ ਰਹੀ ਹੈ ਜੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੱਖਣ ਸਿੰਘ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਅਕਸਰ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਸ਼ਰਾਬ ਪੀ ਕੇ ਝਗੜਾ ਕਰਦਾ ਸੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।